ਸਤਿ ਸ਼੍ਰੀ ਅਕਾਲ ਨਿੱਗਾ ਸਵਾਗਤ ਤੁਹਾਡੇ ਸਾਰਿਆਂ ਦਾ ਮੈਂ ਹਾ ਬ੍ਰਤਪਾਲ ਸਿਆਂ ਤੇ ਲੈ ਕੇ ਆਈਆਂ ਤੁਹਾਡੇ ਸਾਰਿਆਂ ਦੇ ਲਈ ਤੁਹਾਡਾ ਇੱਕ ਵਾਰ ਫੇਰ ਤੋਂ ਫੇਵਰਟ ਪ੍ਰੋਗਰਾਮ ਪੰਜਾਬੀਸ ਦਿਸ ਵੀਕ ਜੋ ਵੀ ਇਸ ਵੀਕ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਲਈ ਬਹੁਤ ਕੁਝ ਖਾਸ ਲੈ ਕੇ ਆਈਆਂ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਇੱਕ ਆਇਆ ਨਵਾਂ ਚਿਹਰਾ ਔਰ ਬਣ ਗਿਆ ਇੱਕ ਚਰਚਾ ਦਾ ਵਿਸ਼ਾ ਕੌਣ ਨੇ ਜ਼ਰੂਰ ਮੈਂ ਦੱਸਾਂਗੀ ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਦਵਾਂਗੀ ਹੈਲਥ ਟਿਪਸ ਤੇ ਨਾਲ ਹੀ ਨਾਲ ਲੈ ਚੱਲਾਂਗੇ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਜੀ ਹਾਂ ਉਹ ਹੈ ਵੈਡਿੰਗ ਐਗਜ਼ਿਬਿਸ਼ਨ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ 12ਵੀਂ ਦੇ ਰਿਜ਼ਲਟ ਆ ਗਏ ਨੇ ਤੇ ਕੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਇਸ ਵਾਰ ਦਾ ਰਿਜ਼ਲਟ ਕਿਹਨੇ ਸਭ ਤੋਂ ਜ਼ਿਆਦਾ ਸਕੋਰ ਕੀਤਾ ਐ ਵੀ ਮੈਂ ਤੁਹਾਨੂੰ ਦੱਸਾਂਗੀ ਤੇ ਨਾਲ ਹੀ ਨਾਲ ਮਿਲਵਾਵਾਂਗੇ ਤੁਹਾਨੂੰ ਅੱਜ ਦੇ ਖਾਸ ਮਹਿਮਾਨ ਯਾ ਕੀ ਸੂਫੀ ਸਿੰਗਰ ਮਮਤਾ ਜੋਸ਼ੀ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਾਕਿਸਤਾਨ ਮੁਲਕ ਦੀ ਜਿੱਥੇ ਕ੍ਰਿਕਟ ਦੇ ਵਿੱਚ ਕੁਝ ਨਵਾਂ ਵੇਖਣ ਨੂੰ ਮਿਲਿਆ ਹੈ ਵੈਸੇ ਤਾਂ ਹਰ ਵਾਰ ਜਦ ਕ੍ਰਿਕਟ ਤੇ ਪਾਕਿਸਤਾਨ ਇਹਨਾਂ ਦੋਹਾਂ ਦਾ ਨਾਮ ਆਉਂਦਾ ਹੈ ਤੇ ਇੰਡੀਅਨ ਜਿਹੜੇ ਵਿਊਅਰਸ ਨੇ ਉਹ ਬਹੁਤ ਜ਼ਿਆਦਾ ਐਕਸਾਈਟਿਡ ਤੇ ਖੁਸ਼ ਹੋ ਜਾਂਦੇ ਨੇ ਲੇਕਿਨ ਜਿਹੜੀ ਹੁਣ ਮੈਂ ਤੁਹਾਨੂੰ ਖਬਰ ਦੱਸਣ ਵਾਲੀ ਹਾਂ ਇਸ ਦੇ ਵਿੱਚ ਤੁਹਾਨੂੰ ਖੁਸ਼ੀ ਵੀ ਹੋਏਗੀ ਤੇ ਬਹੁਤ ਜ਼ਿਆਦਾ ਪ੍ਰਾਊਡ ਵੀ ਕਿਉਂਕਿ ਪਹਿਲੀ ਵਾਰ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਇੱਕ ਸਿੱਖ ਨੇ ਖੇਡ ਕੇ ਲਾ ਦਿੱਤੀਆਂ ਨੇ ਰੌਣਕਾਂ ਤੇ ਉਸ ਕ੍ਰਿਕਟਰ ਦਾ ਨਾਮ ਹੈ ਮਹਿੰਦਰ ਪਾਲ ਸਿੰਘ ਸੋ ਮਹਿੰਦਰ ਪਾਲ ਸਿੰਘ ਨੂੰ ਬਹੁਤ ਬਹੁਤ ਮੁਬਾਰਕਾ ਪਹਿਲਾਂ ਤਾਂ ਕ੍ਰਿਕਟ ਟੀਮ ਦੇ ਵਿੱਚ ਇੰਨਾ ਖੂਬਸੂਰਤ ਪ੍ਰਦਰ नार ही नार दूजी गल ने बहुत सारे पंजाबियों करा देता है फ्राउ हमारी छोरिया छोरों से कम है कि ਫਿਲਮਾਂ ਹੀ ਨਹੀਂ ਬਲਕਿ ਅਸਲ ਜ਼ਿੰਦਗੀ ਦੇ ਵਿੱਚ ਕੁਝ ਇਸੇ ਤਰ੍ਹਾਂ ਵੇਖਣ ਨੂੰ ਮਿਲਿਆ ਮੌਕਾ ਸੇਗਾ ਜੀ 12ਵੀਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਦਾ ਜਿੱਥੇ ਪੂਜਾ ਤੇ ਜਸਨੂ ਇਹ ਦੋ ਹਨਾਰ ਸਟੂਡੈਂਟਸ ਨੇ ਬਣਾਇਆ ਇੱਕ ਨਵਾਂ ਰਿਕਾਰਡ 10ਵਾਂ ਕਿ ਪੂਜਾ ਨੇ ਸਕੋਰ ਕੀਤੇ 98% ਤੇ ਦੂਜੇ ਪਾਸੇ ਜਸਨੂਰ ਨੇ ਸਕੋਰ ਕੀਤੇ 97.30% ਔਰ ਇਹਨਾਂ ਦੋਹਾਂ ਨੇ ਬਹੁਤ ਸਾਰੇ ਸਟੂਡੈਂਟਸ ਨੂੰ ਪਿੱਛੇ ਛੱਡ ਦੇ ਛੱਡ ਦੇ ਬਹੁਤ ਸਾਰੇ ਮੁੰਡਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਸੋ ਮੁੰਡਿਆ ਤੁਸੀਂ ਵੀ ਥੋੜਾ ਪੜ੍ਹਾਈ ਵੱਲ ਧਿਆਨ ਦਿਓ ਤੇ ਬਣਾਓ ਕੁੜੀਆਂ ਵਾਂਗ ਦਮਦਾਰ ਰਿਕਾਰਡਸ ਕੌਣ ਕਹਿੰਦਾ ਹੈ ਕਿ ਮਿਹਨਤ ਕਰਨ ਦੀ ਪਰਟੀਕੂਲਰ ਰੂਮਰ ਹੁੰਦੀ ਹੈ ਤੇ ਕੌਣ ਕਹਿੰਦਾ ਹੈ ਕਿ ਸਟ੍ਰੈਸ ਵੀ ਕਿਸੇ ਪਰਟੀਕੂਲਰ ਉਮਰ ਦੇ ਵਿੱਚ ਜਾ ਕੇ ਹੀ ਮਿਲਦਾ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਯਕੀਨ ਨਹੀਂ ਆਉਂਦਾ ਤੇ ਮੈਂ ਤੁਹਾਨੂੰ ਮਿਲਵੋਣੀ ਹੈ ਇੱਕ 7 ਸਾਲਾਂ ਦੇ ਜਵਾਬ ਦੇ ਨਾਲ ਜੋ ਆਪਣੀ ਮਾਤਾ ਜੀ ਦੇ ਸਕੂਟਰ ਦੇ ਪਿੱਛੇ ਬਹਿ ਕੇ ਕਰ ਰਿਹਾ ਸੀ ਹੋਮਵਰਕ ਹੁਣ ਇਹ ਮਿਹਨਤ ਆ ਜਾਂ ਫਿਰ ਸਟ੍ਰੈਸ ਐਵੇਂ ਨਹੀਂ ਜਾਣਦੀ ਪਰ ਮੈਂ ਇਹ ਜ਼ਰੂਰ ਜਾਣਦੀ ਹਾਂ ਕਿ ਇਹੋ ਜਿਹੇ ਜਵਾਬ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਮੁਕਾਮ ਹਾਸਿਲ ਜ਼ਰੂਰ ਕਰ ਲੈਂਦੇ ਨੇ ਸੋ ਵਖੋਣੀ ਹਾਂ ਤੁਹਾਨੂੰ ਵੀ ਇਹ ਖਾਸ ਵੀਡੀਓ ਹੁਣ ਵੇਲਾ ਹੋ ਗਿਆ ਹੈ ਪੰਜਾਬੀਜ਼ ਦਿਸ ਵੀਕ ਦੇ ਸਭ ਤੋਂ ਫੇਵਰਿਟ ਸੈਗਮੈਂਟ ਨੂੰ ਅਨਾਉਂਸ ਕਰਨ ਦਾ ਬਿਲੀਵ ਮੀ ਜਦੋਂ ਵੀ ਇਹ ਸੈਗਮੈਂਟ ਨੂੰ ਅਨਾਉਂਸ ਕਰਨ ਦਾ ਵੇਲਾ ਆਉਂਦਾ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਔਰ ਮੈਂ ਇਸ ਗੱਲ ਦੀ 200% ਗਾਰੰਟੀ ਲੈਣੀਆਂ ਕਿ ਜਿੰਨਾ ਕੁ ਪ੍ਰਾਊਡ ਮੈਨੂੰ ਫੀਲ ਹੁੰਦਾ ਜਿੰਨਾ ਵਧੀਆ ਮੈਨੂੰ ਲੱਗਦਾ ਹੈ ਉਹਨਾਂ ਵਧੀਆ ਤੁਹਾਨੂੰ ਵੀ ਲੱਗੇਗਾ ਕਿਉਂਕਿ ਹੁਣ ਅਸੀਂ ਜ਼ਿਕਰ ਕਰਨ ਵਾਲੇ ਹਾਂ ਉਹਨਾਂ ਸਾਰੇ ਪੰਜਾਬੀਆਂ ਦੀ ਜਿਨ੍ਹਾਂ ਨੇ ਬਹੁਤ ਵਧੀਆ-ਵਧੀਆ ਕੰਮ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਕਾਰਡ ਕਾਇਮ ਕੀਤਾ ਤੇ ਸਾਡੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਾਇਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਰਾਜ ਸਿੰਘ ਬੱਸੀ ਕੈਨੇਡਾ ਫੁੱਟਬਾਲ ਲੀਗ ਦੇ ਪਹਿਲੇ ਸਿੱਖ ਫੁੱਟਬਾਲ ਪਲੇਅਰ ਬਣੇ ਤੇ ਦੂਜੇ ਪਾਸੇ ਪਲਵਿੰਦਰ ਕੌਰ ਸ਼ੇਰਗਿਰ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਦੀ ਪਹਿਲੀ ਸਿੱਖ ਟੌਰਬਿਨੇਟ ਔਮਨ ਬਣੀ ਜੀਜ ਨੇ ਸਿਮਰਪਾਲ ਸਿੰਘ ਜਿਨ੍ਹਾਂ ਨੇ ਅਰਜنٹੀਨਾ ਦੇ ਵਿੱਚ ਬੱਲੇ ਬੱਲੇ ਕਰਾਈ ਹੋਈ ਹੈ ਜੀ ਹਾਂ ਅਰਜنٹੀਨਾ ਦੇ ਵਿੱਚ ਸਿਮਰਪਾਲ ਸਿੰਘ ਕੋਲ ਹੈਗੀ ਆ 35000 ਏਕੜ ਜ਼ਮੀਨ ਤੇ ਉਹਨਾਂ ਨੂੰ ਉੱਥੇ ਸਾਰੇ ਜਾਣਦੇ ਨੇ ਫਾਰਮਰ ਕਿੰਗ ਦੇ ਨਾਂ ਵੱਜੋ ਤੇ ਹੁਣ ਜਿਹੜੇ ਚੌਥੇ ਪੰਜਾਬੀ ਹੈ ਉਹਨਾਂ ਨੇ ਵੀ ਸਾਨੂੰ ਬੇहद ਮਾਣ ਮਹਿਸੂਸ ਕਰਾਇਆ ਹੈ ਗੱਲ ਕਰ ਰਹੀ ਹਾਂ ਡਾਕਟਰ ਕਮਲਦੀਪ ਜਿਨ੍ਹਾਂ ਨੇ ਯੂਨੀਵਰਸਿਟੀ ਆਫ ਸਾਊਥ ਵੇਲਜ਼ ਤੋਂ ਐਮ ਬੀਬੀਐਸ ਦੇ ਵਿੱਚ ਕੀਤਾ ਟਾਪ ਸੋ ਹੈ ਨਾ ਸਾਰੇ ਹੀ ਪੰਜਾਬੀ ਜਿਨ੍ਹਾਂ ਨੇ ਸਾਡੇ ਸਾਰਿਆਂ ਨੂੰ ਕਰਾਇਆ ਹੈ ਬਹੁਤ ਜ਼ਿਆਦਾ ਮਾਣ ਮਹਿਸੂਸ ਤੇ ਹੁਣ ਮੈਂ ਜਿਸ ਪੰਜਾਬੀ ਦਾ ਜ਼ਿਕਰ ਕਰਨ ਵਾਲੀ ਹਾਂ ਉਹਨੇ ਵੀ ਕੋਈ ਘੱਟ ਬੱਲੇ ਬੱਲੇ ਨਹੀਂ ਕਰਾਈ ਕਦੀ ਆਪਣੇ ਸਟਾਈਲ ਦੇ ਨਾਲ ਕਦੀ ਆਪਣੇ ਗੀਤਾ ਦੇ ਨਾਲ ਤੇ ਹੁਣ ਤਾਂ ਆਪਣੀ ਅਦਾਕਾਰੀ ਦੇ ਨਾਲ ਵੀ ਬੇਹੱਦ ਸਾਨੂੰ ਮਾਣ ਮਹਿਸੂਸ ਕਰਾਇਆ ਹੈ ਗੱਲ ਕਰ ਰਹੀ ਹਾਂ ਦਸਾਂਜਾ ਵਾਲਿਆ ਦੀ ਜੀ ਹਾਂ ਦਿਲਜੀਤ ਦਸਾਂਜ ਨੇ ਪੰਜਾਬੀ ਸਿਨੇਮਾ ਦੇ ਵਿੱਚ ਤਾਂ ਬਹੁਤ ਵਧੀਆ ਫਿਲਮਾਂ ਦਿੱਤੀਆਂ ਕਦੀ ਕਾਮੇਡੀ ਟਰਾਈ ਕੀਤੀ ਤੇ ਹਾਲ ਫਿਲਹਾਲ ਉਹਨਾਂ ਨੇ ਰਿਲੀਜ਼ ਕੀਤੀ ਸੱਜਣ ਸਿੰਘ ਰੰਗਰੂਟ ਲੇਕਿਨ ਇਸ ਤੋਂ ਵੱਧ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਪਹਿਲੇ ਸਿੱਖ ਬਾਲੀਵੁੱਡ ਐਕਟਰ ਨੇ ਬਹੁਤ ਜ਼ਿਆਦਾ ਮਾਰ ਮਹਿਸੂਸ ਕਰਾਇਆ ਜਦੋਂ ਉਹਨਾਂ ਨੂੰ ਨਵਾਜ਼ਿਆ ਗਿਆ ਦਾਦਾ ਸਾਹਿਬ ਫਾਲਕੇ ਅਵਾਰਡ ਦਿਨਾ ਦਾਦਾ ਸਾਹਿਬ ਫਾਲਕੇ ਅਵਾਰਡ ਬਹੁਤ ਹੀ ਕੀ ਕਹਿੰਦੇ ਹੁੰਦੇ ਰਿਸਪੈਕਟਨ ਇਸ ਅਵਾਰਡ ਨੂੰ ਸਾਰੇ ਇਸ ਰਿਸਪੈਕਟਨ ਇਸ ਅਵਾਰਡ ਦਾ ਨਾਮ ਲੈਂਦੇ ਆ ਮੋਸਟ ਟ੍ਰੈਂਡਿੰਗ ਪਰਸਨੈਲਿਟੀ ਦਾਦਾ ਸਾਹਿਬ ਫਾਲਕੇ ਅਵਾਰਡ ਆਪਾਂ ਨੂੰ ਮਿਲਿਆ ਤਾਂ ਨੂੰ ਸਾਰਿਆਂ ਨੂੰ ਮਿਲਿਆ ਜਿਹੜੀ ਪਹਿਲੀ ਖੁਸ਼ੀ ਸੀ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਸੋ ਮਹਾਰਾਜ ਸਭ ਰਖਣ

ਨਹੀਂ ਨਹੀਂ ਤੁਸੀਂ ਕੁਝ ਗਲਤ ਨਹੀਂ ਸੁਣਿਆ ਤੇ ਨਾ ਹੀ ਮੈਂ ਕਿਸੇ ਪ੍ਰੋਮੋਸ਼ਨ ਦੇ ਲਈ ਆਈਆਂ ਬਲਕਿ ਮੈਂ ਤਾਂ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਈਆਂ ਹੋਮ ਰੈਮਡੀਜ਼ ਦੇ ਨਾਲ ਤੁਹਾਡੇ ਦੰਦਾ ਦਾ ਦਰਦ ਹੋ ਜਾਵੇਗਾ ਛੂ ਮੰਤਰ ਕਹਿੰਦੇ ਨੇ ਕਿ 17 ਤੋਂ 25 ਸਾਲ ਦੀ ਉਮਰ ਵਿੱਚਕਾਰ ਆਉਂਦੀ ਹੈ ਅਕਲ ਦਾੜ ਜਦੋਂ ਅਕਲ ਦਾੜ ਆਉਂਦੀ ਹੈ ਤੇ ਨਾਲ ਬੜਾ ਸਾਰਾ ਦਰਦ ਵੀ ਲੈ ਕੇ ਆਉਂਦੀ ਹੈ ਪਰ ਉਸ ਦਰਦ ਨੂੰ ਕਿਵੇਂ ਘੱਟ ਕੀਤਾ ਜਾਵੇ ਇਹ ਮੈਂ ਤੁਹਾਨੂੰ ਦੱਸਦੀ ਹਾਂ ਕਾਰਨ ਕੁਝ ਨਹੀਂ ਹੈ ਜਨਾਬ ਆਪਣੇ ਕਿਚਨ ਦੇ ਵਿੱਚ ਜਾਣਾ ਹੈ ਤੇ ਉਸ ਦੇ ਵਿੱਚੋਂ ਲੈ ਕੇ ਆਉਣਾ ਹੈ ਪਿਆਜ਼ ਤੇ ਲਗਾਓ ਪਿਆਜ਼ ਦਾ ਟੁੜਕਾ ਤੇ ਜਿੱਥੇ ਵੀ ਹੋਵੇ ਦਰਦ ਤਾਂ ਉਸ ਟੁੜਕੇ ਨੂੰ ਰੱਖੋ ਉੱਥੇ ਔਰ ਥੋੜੀ-ਥੋੜੀ ਦੇਰ ਬਾਅਦ ਉਸ ਨੂੰ ਬਾਬ ਆਈ ਸਵਰ ਇਹ ਤੁਹਾਡਾ ਜਿਹੜਾ ਦਰਦ ਆ ਨਾ ਉਹ ਜਾਏਗਾ ਛੂਮੰਤਰ ਹਾਲ ਫਿਲਹਾਲ ਮੈਂ ਦੇਖਿਆ ਵੀਰੇ ਦੀ ਵੈਡਿੰਗ ਦਾ ਟ੍ਰੇਲਰ ਵੈਡਿੰਗ ਥੀਮ ਕੁਚ ਕੋਚੀ ਕਲੋਸ ਔਰ ਬਹੁਤ ਸਾਰਾ ਮੇਕਅਪ ਮੈਂ ਕਿਉਂ ਨਾ ਸੋਚਾਂ ਤੁਹਾਡੇ ਸਾਰਿਆਂ ਦੇ ਲਈ ਵੀ ਲੈ ਆਵਾਂ ਕੁਝ ਖਾਸ ਇਸ ਤਰ੍ਹਾਂ ਦਾ ਜੋ ਤੁਸੀਂ ਆਪਣੀ ਅਸਲ ਲਾਈਫ ਦੇ ਵਿੱਚ ਕਰ ਸਕਦੇ ਹੋ ਯੂਜ਼ ਜੀ ਹਾਂ ਅਗਰ ਤੁਹਾਡੇ ਆਸ-ਪਾਸ ਕਿਸਦਾ ਵਿਆਹ ਹੋਣ ਵਾਲਾ ਹੈ ਜਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਇੱਕ ਦਿਨ ਮੈਂ ਆਪਣੇ ਵਿਆਹ ਤੇ ਇਸ ਤਰ੍ਹਾਂ ਦੇ ਟ੍ਰੈਂਡਸ ਨੂੰ ਫੋਲੋ ਕਰਾਂਗੀ ਤਾਂ ਮੈਨੂੰ ਲੱਗਦਾ ਹੈ ਕਿ ਅਗਲੀ ਸਟੋਰੀ ਤੁਹਾਡੇ ਸਾਰਿਆਂ ਦੇ ਲਈ ਹੀ ਬੜੀ ਹੈ ਸੋ ਲੈ ਚੱਲਦੇ ਹਾਂ ਤੁਹਾਨੂੰ ਚੰਡੀਗੜ੍ਹ ਤੇ ਵਿਖਾਉ ਸੀ تھی ਕੇਪ ਵੈਡਿੰਗ ਬਣਾਈ ਹੈ ਅਸੀਂ ਇਨਸਪੀਰੇਸ਼ਨ ਲਈ ਸੀਗੇ ਕੇਪ ਤੋਂ ਤੇ ਬਰਨੂਡਾ ਕੇਪ ਤੋਂ ਅਸੀਂ ਇਨਸਪੀਰੇਸ਼ਨ ਲੈ ਕੇ ਇੱਕ ਇੱਕ ਚੀਜ਼ ਆਪ ਡਿਜ਼ਾਈਨ ਕੀਤੀ ਹੈ ਅਸੀਂ ਪਾਰਟੀਸ਼ਨਸ ਡਿਜ਼ਾਈਨ ਕੀਤੇ ਫਾਲਸ ਸੀਲਿੰਗ ਬਣਾਈ ਪੁੱਟੀ ਤੋਂ ਟੈਕਸਚਰ ਕੀਤਾ ਕੈਂਡਲਸ ਬਣਾਈਆਂ ਲੌਗਸ ਬਣਾਏ ਹਰ ਇੱਕ ਚੀਜ਼ ਨੈਚੁਰਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਰ ਬਿਊਟੀਫੁਲ ਐਕਸਪੀਰੀਅੰਸ ਲੱਗੇ ਬਿਕਾਜ਼ ਵਿਆਹ ਜਿਹੜੀ ਵੈਡਿੰਗ ਹੁੰਦੀ ਹੈ ਉਹ ਇੱਕੋ ਵਾਰੀ ਹੁੰਦੀ ਹੈ ਐਂਡ ਵੀ ਵਾਂਟਡ ਟੂ ਮੇਕ ਥਿਸ ਐਕਸਪੀਰੀਅੰਸ ਬਿਊਟੀਫੁਲ ਕਿ ਅਸੀਂ ਫੋਟੋ ਬੂਥ ਬਣਾਇਆ ਹੈ ਕ੍ਰੈਸਟਿਕ ਲੁੱਕ ਨੂੰ ਲੈ ਕੇ ਕਵਿੰਟੀਚ ਲੁੱਕ ਨੂੰ ਲੈ ਕੇ ਇਸ ਵਿੱਚ ਸਾਰਾ ਵੁੱਡਨ ਦਾ ਐਮਡੀਐਫ ਦਾ ਇਹਦਾ ਯੂਜ਼ ਕੀਤਾ ਗਿਆ ਕਿਉਂਕਿ ਆਪਾਂ ਇਹਦੇ ਵਿੱਚ ਵਧੀਆ ਕ੍ਰੈਸਟਿਕ ਲੁੱਕ ਕਵਿੰਟੀਚ ਲੁੱਕ ਦੇ ਸਕਦੇ ਹਾਂ। ਉਹ ਡਿਸਟ੍ਰੈਸ ਲੁੱਕ ਦੇਣਾ ਸੀਗਾ ਥੋੜਾ ਵਿਨਟੇਜ ਲੁੱਕ ਦੇਣਾ ਸੀ ਇਸ ਲਈ ਅਸੀਂ ਵੁੱਡਨ ਤੇ ਖੁਦ ਪ੍ਰੀ-ਪੇਂਟ ਮਤਲਬ ਪੇਂਟ ਕੀਤਾ ਹੋਇਆ ਸਪੁੱਛ एवरीथिंग ਵਾਸ ਡਿਸਟ੍ਰੈਸ ਲੁੱਕ। ਸਾਡੇ ਏਰੀਆ ਦਾ ਨਾਮ ਹੈ ਸੈਲੀਬ੍ਰੇਸ਼ੀਅਮ ਡਰਮਾਲ ਜੀ ਦਾ ਮਤਲਬ ਹੈ ਸੈਲੀਬ੍ਰੇਸ਼ਨ ਆਫ ਲਵ। ਕੀਤੀ ਉਸ ਅਕੋਰਡਿੰਗ ਅਸੀਂ ਮੈਸਮਰਾਈਜ਼ਿੰਗ ਵਿਊ ਕ੍ਰੀਏਟ ਕੀਤਾ ਸਭ ਤੋਂ ਪਹਿਲਾਂ ਟਨਲ ਕ੍ਰੀਏਟ ਕੀਤੀ ਆ ਪਿੰਕ ਰਿਬਨਸ ਐਂਡ ਕ੍ਰਿਸਟਲਸ ਨਾਲ ਜੋ ਕਿ ਬਹੁਤ ਅੱਛਾ ਇਫੈਕਟ ਦੇ ਰਹੀ ਹੈ ਐਂਟਰੀ ਵਾਸਤੇ ਦ ਨਿਊਲੀ ਵੈਡਡ ਕਪਲ ਦੇ ਅਕੋਰਡਿੰਗ ਇਟਲੀ ਦਾ ਕਨਸੈਪਟ ਹੈ ਟਸਕਨੀ ਵੈਡਿੰਗ ਤੇ ਉਹਨੂੰ ਰਿਪਰੈਜ਼ੈਂਟ ਕਰ ਰਹੇ ਆ ਬਾਰਲੇ ਕਨਸੈਪਟ ਨੂੰ so it's like ਜਿਵੇਂ ਆਪਾਂ uh, as a fairy tale imagine ਕੀਤਾ ਹੈ ਜੋ অলওয়েজ इट्स फिक्शनल ਮਤਲਬ ਬੁక్స్ ਹੀ ਹੁੰਦੀਆਂ ਹਨ ਠੀਕ ਹੈ ਤਾਂ ਇਸ ਲਈ ਐਂਟਰੀ ਬੁੱਕ ਥਰੂ ਬਣਾਈ ਗਈ ਹੈ ਮਤਲਬ ਆ ਸਾਰੀਆਂ ਮੂਮੈਂਟਸ ਆਪ ਆਪਣੇ ਦਿਲ ਚ ਰੱਖਣਾ ਚਾਹੁੰਦੇ ਹਾਂ ਹਮੇਸ਼ਾ so that's why ਦੇਡ ਕਾਡੀ ਬਣਾਈ ਹੈ ਸਾਰਾ ਫॉर ਅ ਗੁੱਡ ਟਾਈਮ ਅچھے ਸਮੇ ਲਈ चंडगढ़ की सैर तो बादशी वेलकम बैक ब्रेक तो बाद तो वेलकम तो 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 करो दिस वीक मैं हाँ प्रतपाल सिंह तो खिंच लो तैयारी क्योंकि मैं फिल्म सज्जन वाली है जी हाँ हूं मैं स्वागत करती हाँ साज के खास मेहमान Bye. ਆਪ ਦੇ ਵਿੱਚ थैंक यू सो मच ਬਹੁਤ ਟਾਈਟ ਸ케ड्यूल ਰਹਿੰਦਾ ਹੈ ਤੁਹਾਡਾ ਤੁਸੀਂ ਸਾਡੇ ਕੋਲ ਸਮਾਂ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ थैंक यू ਵੀ ਹਾਂ ਨਹੀਂ ਦੇਖੋ ਕਲਾਕਾਰ ਨੂੰ ਖੁਦ اچھا ਲੱਗਦਾ ਹੈ ਜਦੋਂ ਤੁਸੀਂ ਦਰਸ਼ਕਾਂ ਦੇ ਨਾਲ ਰੂਬਰੂ ਕਰਵਾਉਂਦੇ ਹੋ ਸੋ ਮੈਨੂੰ ਖੁਦ ਚੰਗਾ ਲੱਗ ਰਿਹਾ ਆ ਜਾ ਕੇ ਬਿਲਕੁਲ ਜੀ ਸਾਨੂੰ ਵੀ ਬਹੁਤ ਚੰਗਾ ਲੱਗ ਰਿਹਾ ਬਲਕਿ ਮੈਂ ਤਾਂ ਐਕਸਾਈਟਿਡ ਹਾਂ ਜਬ ਬਹੁਤ ਸੋਹਣੇ ਜਿਹਾ ਆਪਾਂ ਕਹਿ ਸਕਦੇ ਕਿ ਸੂਫੀ ਰੰਗ ਸੂਫੀ ਗੀਤ ਜਿਹੜੇ ਆ ਸਾਨੂੰ ਸੁਣਨ ਨੂੰ ਮਿਲਣਗੇ ਤੁਸੀਂ ਸੂਫੀ ਤੱਕ ਪਹੁੰਚੇ ਕਿ ਸੂਫੀ ਤੁਹਾਡੇ ਕੋਲ ਆਇਆ ਕੌਣ ਕਿਦਾਂ ਇਹਦਾ ਮਿਲਾਕੇ ਵੀ ਹੋਇਆ ਇਹ ਤਾਂ ਕੁਐਸਚਨ ਮਤਲਬ ਉਹ ਹੈ ਕਿ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਇਸ ਕਦਰ ਉਸ ਸ਼ਾਇਰੀ ਤੱਕ ਤੁਹਾਨੂੰ ਮਾਣ ਮਹਿਸੂਸ ਵੀ ਹੁੰਦਾ ਹੈ ਕਿ ਜਿਵੇਂ ਦਾ ਦੌਰ ਚੱਲਦਾ ਹੈ ਔਰ ਤੁਸੀਂ ਇਸ ਤਰ੍ਹਾਂ ਦੀ ਪੋਇਟਰੀ ਇਸ ਤਰ੍ਹਾਂ ਦੀ ਸ਼ਾਇਰੀ ਨੂੰ ਇਸ ਤਰ੍ਹਾਂ ਦੇ ਸੰਗੀਤ ਨੂੰ ਲੋਕਾਂ ਦੇ ਨਾਲ ਰੁਬੂਰੂ ਕਰਦੇ ਹੋ ਪਰ ਮੈਨੂੰ ਲੱਗਦਾ ਹੈ ਕਿ ਮੈਂ ਬਚਪਨ ਤੋਂ ਹੀ ਜਦੋਂ ਛੋਟੇ ਹੁੰਦੇ ਤੋਂ ਜਦੋਂ ਕਿਸੇ ਫੰਕਸ਼ਨ 'ਚ ਗਾਣਾ ਹੁੰਦਾ ਹੁੰਦਾ ਸੀ ਤੇ ਮੈਂ ਕਦੀ ਵੀ ਹੌਲਾ ਗਾਣਾ ਨਹੀਂ ਚੁਣਿਆ ਮੈਨੂੰ ਹਮੇਸ਼ਾ ਹੁੰਦਾ ਸੀ ਮੈਂ ਵਾਰਿਸ ਸ਼ਾਹੀ ਹੀਰਗਾਵਾ ਹਜ਼ਰ ਸੁਲਤਾਨ ਬਾਹੂਗਾਵਾ ਸੋ ਬਚਪਨ ਦਾ ਮੈਨੂੰ ਲੱਗਦਾ ਇੱਕ ਸ਼ੌਂਕ ਸੀ ਕਿ ਮੈਂ ਅੱਛੀ ਪੋਇਟਰੀ ਨੂੰ ਲੈ ਕੇ ਹੀ ਗਾਵਾਂ ਇਸੇ ਕਰਕੇ ਜਦੋਂ ਪ੍ਰੋਫੈਸ਼ਨਲੀ ਅੱਗੇ ਗਈ ਤੇ ਮੈਂ ਆਪਣੀਆਂ ਲਿਰਿਕਸ ਨਾਲ ਕਦੀ ਕੰਪਰੋਮਾਈਜ਼ ਨਹੀਂ ਕੀਤਾ ਤੁਹਾਡੇ ਕਦੀ ਜੀ ਨਹੀਂ ਕੀਤਾ ਕਿਉਂਕਿ ਬਹੁਤ ਜ਼ਿਆਦਾ ਰੌਲਾ ਰੱਪਾ ਵਾਲਾ ਜਿਹੜਾ ਟ੍ਰੈਂਡ ਚੱਲਦਾ ਆ ਹੈਨਾ ਕਮਰਸ਼ੀਅਲ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜਿਹੜਾ ਕਹਿੰਦੇ ਕਿ ਸੂਫੀਜ਼ਮ ਤੋਂ ਬਹੁਤ ਦੂਰ ਨੇ ਜੀ ਤੁਹਾਡਾ ਕਦੀ ਜੀ ਨਹੀਂ ਕੀਤਾ ਤੂੰ ਚੇਂਜ ਦਿ ਟ੍ਰੇਨ ਜਾਂ ਫਿਰ ਆਪਣਾ ਜਿਹੜਾ ਕਹਿ ਸਕਦੇ ਆਪਣਾ ਜਿਹੜਾ ਇੱਕ ਫਲੇਵਰ ਹੈ ਉਹਨੂੰ ਚੇਂਜ ਸੋ ਮੇਰਾ ਚੇਂਜ ਕਰਨ ਦਾ ਤਾਂ ਸਵਾਲ ਹੀ ਨਹੀਂ ਹੈ ਮੈਨੂੰ ਕਦੀ ਨਹੀਂ ਲੱਗਿਆ ਕਿਉਂਕਿ ਸੰਗੀਤ ਨੂੰ ਦੋ ਤਰੀਕਿਆਂ ਨਾਲ ਵਿਖਿਆ ਜਾਂਦਾ ਇੱਕ ਤੁਸੀਂ ਬਿਲਕੁਲ ਬਿਜ਼ਨਸ ਪੁਆਇੰਟ ਆਫ View ਨਾਲ ਵੇਖਦੇ ਹੋ ਇੱਕ ਤੁਸੀਂ ਅਧਿਆਤਮ ਦੇ ਨਾਲ ਜੋੜਦੇ ਹੋ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਸੰਗੀਤ ਹੈ ਇਹ ਰੂਹ ਦੀ ਖੁਰਾਕ ਹੈ ਜਿਹੜੀ ਰੂਹ ਦੀ ਖੁਰਾਕ ਹੀ ਰਹਿਣੀ ਚਾਹੀਦੀ ਹੈ ਠੀਕ ਹੈ ਮਤਲਬ ਹਰ ਤਰ੍ਹਾਂ ਦਾ ਦੌਰ ਚੱਲਦਾ ਹੈ ਪਰ ਮੈਨੂੰ ਲੱਗਦਾ ਮੈਂ ਉਹਨਾਂ ਕਲਾਕਾਰਾਂ ਵਿੱਚੋਂ ਬਣਾਈਆਂ ਉਹ ਹਿੰਦੁਸਤਾਨੀ ਬਣਾ ਕਿ ਜਿਹੜੇ ਅੱਜ ਦੀ ਜਨਰੇਸ਼ਨ ਨੂੰ ਹਾਜ਼ਰਤ ਅਮੀਰ ਖੁਸਰੋ ਫੈਜ਼ अहमद ਫੈਜ਼ ਮੀਰ ਤਕੀ ਮੀਰ ਆਪਣੇ ਅੱਛੇ ਫਿਊਜ਼ਨ ਦੇ ਨਾਲ ਉਹ ਸ਼ਾਇਰ ਤੁਸੀਂ ਵੱਡੇ ਨਾਂ ਦਾ ਜ਼ਿਕਰ ਕਰ ਚੁੱਕੇ ਹੋ ਸੋ ਮੈਂ ਜੋ ਨਹੀਂ ਹੈ ਕਿ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਥੋੜੀ ਜਿਹੀ ਖੁਰਾਕ ਇੱਥੇ ਮੈਂ ਵੀ ਲੈ ਲਵਾਂ ਤੇ ਜਿਹੜੇ ਸਾਡੇ ਵਿਊਅਰਜ਼ ਉਹਨਾਂ ਨੂੰ ਵੀ ਥੋੜੀ ਜਿਹੀ ਖੁਰਾਕ ਦਿੱਤੀ ਜਾਵੇ ਜੀ ਜੀ ਮੈਂ ਨਾਤ ਦੀਆਂ 71 ਕਿਉਂਕਿ ਸੂਫੀ ਅਜ਼ਾਨ ਦੇ ਨਾਲ ਇਹਨੂੰ ਗਿਣਿਆ ਜਾਂਦਾ ਮੈਂ ਉਹਦੀਆਂ 71 ਗਾਵਾਂਗੀ ਹਾਂ ਹਾਂ ਨਾ ਮੇਰੀ ਉਜੜੀ ਝੋਕ ਵੀ ਵਸ ਗਈ ਏ ਐਸਾ ਕਰਮ ਕਮਾਇਆ ਸਾਇਆਂ ਨੇ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਪਰ ਖੂਬ ਨਿਭਾਇਆ ਸਾਇਆਂ ਨੇ ਮੈਂ ਜੋ ਚਾਇਆ ਮੈਂ ਜੋ ਮੰਗਿਆ ਮੇਰੀ ਝੋਲੀ ਪਾਇਆ ਸਾਈਆਂ ਨੇ ਉਸ ਘਰ ਨੂੰ ਉਜਾੜੇ ਕੋਣ ਜਿਆ ਬਈ ਜਿਸ ਘਰ ਨੂੰ ਵਸਾਇਆ ਸਾਈਆਂ ਨੇ ਮੈਨੂੰ ਲੱਗਦਾ ਅੱਜ ਸਾਡੀਆਂ ਬਹੁਤ ਮੋਜਾ ਲੱਗਣ ਵਾਲੀਆਂ ਨੇ ਬਹੁਤ ਬਹੁਤ ਤੁਸੀਂ ਨਾ ਮਤਲਬ ਕਹਿ ਸਕਦੇ ਨਾ ਕਿ ਹੱਸਦਾ ਤਾਂ ਹਰ ਕੋਈ ਹੋ ਜਾਂਦਾ ਹੈ ਤੁਸੀਂ ਲੇਕਿਨ ਇਹ ਜਿਹੜਾ ਹੁਣ ਮਾਹੌਲ ਹੋਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੋ ਮੈਂ ਚਾਹਨੀ ਕਿ ਤੁਸੀਂ ਹਰ ਮੇਰੇ ਬਿਨਾ ਕਹੇ ਨਾ ਗਾਣੇ ਸੁਣਾਈ ਜਾਈਏ ਦੇਖੋ ਇਹ ਤਾਂ ਨਾ ਉਹੀ ਗੱਲ ਹੋ ਗਈ ਕਿ ਮੈਂ ਆਪਣੇ ਮਦਰ ਨੂੰ ਜਦੋਂ ਕਹਿੰਦੀ ਕਹਿਣਾ ਕਿ ਕਿਸੇ ਦੇ ਵੀ ਘਰ ਵਿਆਹ ਫੰਕਸ਼ਨ ਤੇ ਜਾਣਾ ਤੇ ਉਹਨਾਂ ਨੇ ਦੇਖਣਾ ਕਿ ਸਾਡਾ ਬੱਚਾ ਆਇਆ ਹੋਇਆ ਜਿਵੇਂ ਫੈਮਿਲੀ ਦੇ ਵਿੱਚੋਂ ਕਹਿੰਦੇ ਵੀ ਤੂੰ ਮਤਲਬ ਆਦੇ ਗਾਣਾ ਸੁਣਾ ਦੇ ਤੇ ਮੈਂ ਆਪਣੇ ਮਦਰ ਨੂੰ ਐਵੇਂ ਦੇਖਣਾ ਵੀ ਇਹ ਤਾਂ ਗਾਣਾ ਕਰਨ ਲੱਗ ਪਏ ਨੇ ਹਣਾ ਆਦੇ ਕੋਈ ਰੋਟੀ ਨਹੀਂ ਪੁੱਛੀ ਚਾਹ ਨਹੀਂ ਪੁੱਛੀ ਸੋ ਕਹਿੰਦੇ ਤੂੰ ਪਹਿਲਾਂ ਜਾਂਦੇ ਗਾਣਾ ਗਾਣ ਲੱਗ ਪਿਆ ਕਰ ਕਿਉਂਕਿ ਇਹ ਤਾਂ ਤੇਰੇ ਨਾਲ ਹੋ ਗਿਆ ਸੀ ਕਿ ਚਾਹ ਨਹੀਂ ਪੁੱਛੀ ਸੀ ਮੈਂ ਸਾਨੂੰ ਸਭ ਕੁਝ ਪੁੱਛਾਂਗੇ ਸਭ ਕੁਝ ਪੁੱਛਾਂਗੇ ਲੇਕਿਨ ਤੁਸੀਂ ਪਲੀਜ਼ ਇਹ ਜਿਹੜਾ ਦੌਰ ਮੈਨੂੰ ਲੱਗਦਾ ਕਿ ਵਧੀਆ ਇਹ ਦੌਰ ਹੋਣਾ ਚਾਹੀਦਾ ਤੁਹਾਡੀ ਆਵਾਜ਼ ਕਿਹੜੀ ਸੋਹਣੀ ਗੱਲ ਹੈ ਕਿ ਲੋਕ ਕਿ ਆਵਾਜ਼ ਸੁਣਨ ਲਈ ਤਰਸਦੇ ਨੇ ਡਿਮਾਂਡ 'ਚ ਰਹਿੰਦੇ ਆ ਤੁਹਾਨੂੰ ਚਾਹ ਪ ਸੂਫੀ ਤਾਂ ਜਿਹੜਾ ਆਪਾਂ ਕਹਿੰਦੇ ਕਿ ਬਹੁਤ ਮਿੱਠਾ ਆਪਾਂ ਸੁਣੀ ਲਿਆ ਵਿਆਹ ਸ਼ਾਦੀ ਦੇ ਵਿੱਚ ਵੀ ਬੜੇ ਮਤਲਬ ਹੁੰਦੇ ਨੇ ਕਿ ਫਲੇਵਰਡ ਪੰਜਾਬੀ ਗੀਤ ਸਾਡੇ ਲੋਕੀ ਦੀ ਬੜੇ ਸੋਹਣੇ ਹੁੰਦੇ ਆ ਤੇ ਤੁਸੀਂ ਉਹ ਵੀ ਸਾਨੂੰ ਜ਼ਰੂਰ ਸੁਣਾਓ ਮੈਂ ਜ਼ਰੂਰ ਸੁਣਨਾ ਚਾਹੁੰਦੀ ਹਾਂ ਬਿਲਕੁਲ ਬਿਲਕੁਲ ਮੈਂ ਹੁਣੇ ਸੁਣਾ ਦਵਾਂ ਬਿਲਕੁਲ ਜੀ ਮੈਂ ਵੇਟ ਨਹੀਂ ਕਰਨਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਦੇ ਰੁਸਕੇਣ माया लट्ठे दी चादर सलेटी सलेटि माया आवो सामने ਆਵੋ ਸਾਮਣੇ ਕੋ ਲੋਦੀਰਸ ਕੇ ਨਾ ਲੰਗ ਮਾਇਆ ਹੋ ਤੇਰੀ ਮਾਂ ਨੇ ਛਾੜੀਏ ਖੀਰ ਵੇ ਅਸਾਂ ਮੰਗੀਏ ਤੇ ਪੈ ਗਈਏ ਪੀੜ ਵੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਮਣੇ ਕੋ ਲੋਦੀਰਸ ਕੇ ਨਾ ਲੰਗ ਮਾਇਆ ਬਹੁਤ ਖੂਬ ਤੇ ਇੱਥੇ ਬਹਿਣ ਦਾ ਮੈਂ ਦੱਸਦੀ ਕਿ ਇੱਕ ਬੜਾ ਵੱਡਾ ਫਾਇਦਾ ਆ ਲੋਕ ਇਹਨਾਂ ਨੂੰ ਸੁਣਦੇ ਇਹਨਾਂ ਦੇ ਪਿੱਛੇ ਤਹਿ ਕਰ ਰਹੇ ਨਾ ਕੋਰਸ ਕੋਰ ਜਿਹਨਾਂ ਨੂੰ ਕਹਿੰਦੇ ਆ ਉਹ ਕਰਨ ਦਾ ਮੌਕਾ ਸਾਨੂੰ ਇਹਦਾ ਬੜਾ ਈਜ਼ੀਲੀ ਮਿਲ ਜਾਂਦਾ ਆ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਇਨਸਪਾਇਰ ਕਰਦੇ ਖਾਸ ਕਰ ਕੁੜੀਆਂ ਨੂੰ ਕਿ ਅੱਜ ਦਾ ਜੋ ਟ੍ਰੈਂਡ ਚੱਲ ਰਿਹਾ ਤੁਸੀਂ ਉਹਨੂੰ ਬ੍ਰੇਕ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੀ ਆਪਟ ਕਰ ਸਕਦੇ ਹੋ ਇਸ ਤਰ੍ਹਾਂ ਦੇ 뮤직 ਨੂੰ ਵੀ ਆਪਟ ਕਰ ਸਕਦਾ ਤੁਹਾਡੀ ਇਨਸਪੀਰੇਸ਼ਨ ਕੋਣ ਹੈ ਜੇ ਤੁਹਾਨੂੰ ਇੰਨਾ ਕੁ ਜ਼ਿਆਦਾ ਪੰਪ ਆ ਪ੍ਰਗਤ ਕਿ ਨਹੀਂ ਮੈਂ ਇੱਥੇ ਫੋਕਸ ਕਰਨਾ ਹੈ ਮੈਂ ਬਾਕੀ ਲੋਕਾਂ ਲਈ ਹੈ ਜਿਹੜਾ ਸੰਗੀਤ ਤੁਸੀਂ ਚੂਜ਼ ਕੀਤਾ ਹੈ ਮੈਂ ਇਹਨੂੰ ਹੀ ਪ੍ਰੋਮੋਟ ਕਰਨਾ ਹੈ ਕੁਝ ਸਾਡੇ ਪੰਜਾਬ ਦੇ ਗਾਇਕ ਇਸ ਤਰ੍ਹਾਂ ਦੇ ਹੋਏ ਨੇ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਵੀ ਲੱਗਿਆ ਕਿ ਸਾਰੀ ਉਮਰ ਜਿਵੇਂ ਉਹਨਾਂ ਚ ਪਹਿਲਾ ਜ਼ਿਕਰ ਮੈਂ ਵਡਾਲੀ ਬੰਦੂ ਕਿਉਂਕਿ ਜਦੋਂ ਮੈਨੂੰ ਕਾਲਜ ਟਾਈਮ 'ਚ ਮਿਲਦੇ ਸੀ ਤੇ ਕਹਿੰਦੇ ਸੀ ਕਿ ਬੇਟਾ ਮਤਲਬ ਕਦੀ ਕੰਪਰੋਮਾਈਜ਼ ਨਹੀਂ ਕਰਨਾ ਗਾਣੇ ਦੇ ਨਾਲ ਅੱਛਾ ਗਾਓ ਔਰ ਸੂਫੀ ਗਾ ਗਜ਼ਲ ਗਾ ਸੋ ਮੈਨੂੰ ਲੱਗਦਾ ਸੀ ਕਿ ਉਸ ਵੇਲੇ ਜਦੋਂ ਮੈਂ ਸ਼ੁਰੂ ਕੀਤਾ ਸੀ ਸੰਨ 2006-7 ਤੋਂ ਤੇ ਉਹ ਕੁੜੀਆਂ ਦਾ ਬਹੁਤ ਘੱਟ ਮਤਲਬ ਹੁਣ ਵੀ ਤੁਸੀਂ ਪੰਜਾਬ ਦੀ ਜੇ ਜ਼ਿਕਰ ਕਰੋ ਤੇ ਗਜ਼ਲ ਗਾਇਕੀ ਔਰ ਸੂਫਿਆਨਾ ਬਹੁਤ ਘਾਟ ਨੇ ਕੁੜੀਆਂ ਪਰ ਮੈਨੂੰ ਲੱਗਦਾ ਘਰੋਂ ਵੀ ਮਾਹੌਲ ਹੁੰਦਾ ਕੁਝ ਮੇਰੇ ਹਸਬੰਦ ਨੂੰ ਵੀ ਬੜਾ ਸ਼ੌਂਕ ਹੈ ਮੈਂ ਚੋਰੀ ਕਰ ਜਾਈ ਨਹੀਂ ਕਦੀ ਕਦੀ ਰਿਆਜ਼ ਨਹੀਂ ਕਰਦੀ ਜਾਂ ਕਹਿੰਦੀ ਨਹੀਂ ਨਹੀਂ ਹੁਣ ਕਾਨਸਰਟਸ ਨਹੀਂ ਕਰਨੇ ਤਾਂ ਕਹਿੰਦੇ ਨਹੀਂ ਕਰਨੇ ਨੇ ਪੂਰਾ ਨਾਮ ਕਰਨਾ ਹੈ ਦੋਸਤਾਂ ਚ ਸੋ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੈ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ہماری ਚੋਰੀਆਂ ਚੋਰੋ ਸੇ ਕੰਮ ਨਹੀਂ ਅੱਜ ਮੈਂ ਸ਼ੋਅ ਦੇ ਵਿੱਚ ਦੂਜੀ ਵਾਰ ਗੱਲ ਦਾ ਜ਼ਿਕਰ ਕਰ ਦਿੱਤਾ ਆ ਇਹ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਘਰੋਂ ਜੇ ਸਪੋਰਟ ਮਿਲਦਾ ਹੋਵੇ ਤਾਂ ਜਿਹੜੀ ਖੂਬਸੂਰਤ ਆਪਾਂ ਕਹਿ ਸਕਦੇ ਕਿ ਜਿਹੜਾ ਆਪਾਂ ਆਉਟਪੁੱਟ ਹੋਰ ਜ਼ਿਆਦਾ ਖੂਬਸੂਰਤ ਹੋਰ ਜ਼ਿਆਦਾ ਵਧੀਆ ਹੁੰਦਾ ਆ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਅਗਲਾ ਜਿਹੜਾ ਮੇਰਾ ਸਵਾਲ ਹੈ ਕਿ ਪਹਿਨਾਵਾ ਤੁਹਾਡੇ ਗੀਤਾਂ ਚ ਬੜਾ ਇੰਪੋਰਟੈਂਟ ਜਿਹੜਾ ਤੁਸੀਂ ਬੋਖਾਉਂਦੇ ਹੋ ਉਹਦਾ ਕਿੰਨਾ ਕੁ ਇੰਪੋਰਟੈਂਟ ਹੋਉਂਦਾ ਆ ਬਿਲਕੁਲ ਦੇਖੋ ਤੁਸੀਂ ਕਿਸੇ ਵੀ ਤੁਸੀਂ ਕੋਈ ਕਲਚਰ ਡਾਂਸ ਵੀ ਦੇਖਦੇ ਹੋ ਤੇ ਜਸਟ ਕੋਸਟਿਮ ਪਾ ਕੇ ਆ ਜਾਂਦੇ ਨੇ ਸਟੇਜ ਤੇ ਤਾਂ ਪਛਾਣ ਲੈਨੇ ਆਪਾਂ ਕਿ ਇਹ ਨਾਰਥ-ਈਸਟ ਦਾ ਫੋਕ ਹੋਣ ਲੱਗਿਆ ਹੈ ਜਾਂ ਪੰਜਾਬ ਦਾ ਪੰਗੜਾ ਹੋਣ ਲੱਗਿਆ ਜਾਂ ਯੂਪੀ ਦਾ ਹੋਣ ਲੱਗਿਆ ਸੋ ਕੋਸਟਿਮ ਆਪਣੇ ਆਪ ਚ ਬਹੁਤ ਕੁਝ ਸ਼ੋਅ ਆਫ ਕਰਦੇ ਨੇ ਸੋ ਮੈਨੂੰ ਇੱਕ ਵਾਰੀ ਬੈਠੇ-ਬੈਠੇ ਜ਼ਹਿਨ ਚ ਆਇਆ ਕਿ ਸੂਫਿਆਨਾ ਇੱਕ ਲੋਕਾਂ ਦੇ ਜ਼ਹਿਨ ਚ ਇੱਕ ਅਦਬ ਜਿਹਾ ਵੈਸੀ ਆ ਜਾਂਦਾ ਸੋ ਮੈਨੂੰ ਲੱਗਿਆ ਕਿ ਕਿਉਂ ਨਾ ਕੁਝ ਇਸ ਤਰ ਜਾਵੇ ਕਿਉਂਕਿ ਤੁਸੀਂ ਜਿਹੜਾ ਸ਼ਾਇਰਾਂ ਨੂੰ ਪੜ੍ਹਦੇ ਵੀ ਹੋ ਉਹ ਗੁਰਬਾਣੀ ਦੇ ਵਿੱਚ ਵੀ ਸ਼ਾਮਿਲ ਨੇ ਜੇ ਆਪਾਂ ਗੱਲ ਕਰੀਏ ਬਾਬਾ ਸ਼ੇਖ ਫਰੀਦ ਜੀ ਦੀ ਸੋ ਮੈਨੂੰ ਲੱਗਦਾ ਸੀ ਕਿ ਸਟੇਜ ਤੇ ਆ ਕੇ ਕਿਤੇ ਉਹ ਰਿਸਪੈਕਟ ਜਿਹੜਾ ਰਿਗਾਰਡ ਹੈ ਘਟਣਾ ਜਾਵੇ ਉਹ ਉਨਾ ਹੀ ਰਹਿਣਾ ਚਾਹੀਦਾ ਤੇ ਮੈਂ ਕੋਸ਼ਿਸ਼ ਕੀਤੀ ਕਿ ਸਿਰ ਟਾਕੇ ਉਹਨੂੰ ਗਾਣ ਦੀ ਜਿਵੇਂ ਕੁਝ ਗਜ਼ਲਸ ਨੇ ਤੇ ਉਹਨਾਂ ਵਾਸਤੇ ਨਹੀਂ ਵੀ ਜ਼ਰੂਰਤ ਹੁੰਦੀ ਤੇ ਨਹੀਂ ਵੀ ਪਾਉਂਦੀ ਸੋ ਇਸ ਕਰਕੇ ਮੈਂ ਸੂਫੀ ਨੂੰ ਇੱਕ ਅਲੱਗ ਡਿਜ਼ਾਈਨ ਕੀਤਾ ਆਲਰ ਆਈ ਥਿੰਕ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਸੋ ਨੈਕਸਟ ਜਦੋਂ ਤੁਸੀਂ ਕਿਹਾ ਕਿ ਇਹ ਥੋੜਾ ਕਿ ਤੁਸੀਂ ਹੋਰ ਵੀ ਭਾਸ਼ਾਵਾਂ ਦੇ ਵਿੱਚ ਆਈ ਹਰਡ ਕੀ ਗਾ ਮੈਂ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਤੁਸੀਂ ਕਿਹਾ ਕਿ ਮੈਂ ਮੈਂ ਸਿਰਫ ਵਧੀਆ ਗਾਣੇ ਗਾਣੇ ਲੇਕਿਨ ਹੋਰ ਭਾਸ਼ਾਵਾਂ ਦੇ ਵਿੱਚ ਕੀ ਕਿਸ ਤਰੀਕੇ ਨਾਲ ਤੁਸੀਂ ਲਾਗਿਆ ਬਹੁਤ ਅੱਛਾ ਕੁਐਸਚਨ ਕਿਉਂਕਿ ਇੱਕ ਹੁੰਦਾ ਮੈਂ ਸੂਫੀ ਕਲਾਕਾਰ ਹਾਂ ਇੱਕ ਹੁੰਦਾ ਮੈਂ ਫੋਕ ਕਲਾਕਾਰ ਹਾਂ ਮੈਨੂੰ ਆਪਣੇ ਆਪ 'ਚ ਹੋਣ ਲੱਗਣ ਲੱਗ ਪਿਆ ਕਿ ਮੈਂ ਅਸੀਂ ਐਵੇਂ ਕਿਉਂ ਨਹੀਂ ਕਹਿੰਦੇ ਮੈਂ ਹਿੰਦੁਸਤਾਨ ਨੂੰ ਗਾਣਾ ਚਾਹਨੀ ਆ ਮੈਂ ਹਿੰਦੁਸਤਾਨ ਨੂੰ ਗਾਉਂਦਾ ਹਨਾ ਤੇ ਜਦੋਂ ਜ਼ਿਕਰ ਆਉਂਦਾ ਹਿੰਦੁਸਤਾਨ ਦਾ ਤੇ ਲੈਂਗੁਏਜਸ ਤੁਹਾਨੂੰ ਪਤਾ ਨਹੀਂ ਹਿੰਦੁਸਤਾਨ ਦੀਆਂ ਬਹੁਤ ਲੈਂਗੁਏਜਸ ਨੇ ਔਰ ਮੇਰੇ ਬਿਹਾਰ 'ਚ ਜਦੋਂ ਕਾਂਸਰਟਸ ਹੋਏ ਤੇ ਮ ਉਹਨਾਂ ਦੀ ਲੈਂਗੁਏਜ ਤੇ ਉਹਨੂੰ ਬੜਾ ਮਾਣ ਮਹਿਸੂਸ ਹੁੰਦਾ ਉਹਨਾਂ ਨੂੰ ਸੋ ਇੱਕ ਅਦੀ ਵਾਰੀ ਮੈਂ ਛੇੜਛੜ ਜੀ ਕੋਸ਼ਿਸ਼ ਕੀਤੀ ਬੋਜਪੂਰੀ ਗਾਣ ਦੀ ਪਰ ਉਹ ਮੈਂ ਨਾ ਕੁਝ ਸਿੱਖਿਆ ਉਹਨਾਂ ਗੀਤਾਂ ਚ ਉਹਨਾਂ ਕਲਾਮਾਂ ਚੋਂ ਫਿਰ ਮੈਂ ਅਵਦੀ ਮੈਥਲੀ ਅਰਬੀ ਬੋਜਪੂਰੀ ਬ੍ਰਿਜ ਉਰਦੂ ਸੋ ਉਹ ਕਦੋਂ ਸ਼ੌਂਕ ਮੈਨੂੰ ਮਜ਼ਾ ਜਾਣ ਲੱਗ ਪਿਆ ਮੈਨੂੰ ਖੁਦ ਨਹੀਂ ਪਤਾ ਪਰ ਮੈਂ 8-10 ਲੈਂਗੁਏਜਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਗਾਣ ਦੀ ਹੁਣ ਮੈਂ ਕਹਿੰਦੀ ਅੱਛੀ ਨਹੀਂ ਲੱਗਦੀ ਪਰ ਮੈਨੂੰ ਕਹਿਣਾ ਪੈਣਾ ਯਾਰ ਕਿ ਇੱਕਦਾਂ ਪਲੀਜ਼ ਥੋੜੇ ਡਿਫਰੈਂਟ ਡਿਫਰੈਂਸ ਜੀ ਬੋਜਪੂਰੀ ਇੱਕ ਗੀਤ ਹੈ ਉੱ हां बारी उमरिया मैं ब्याह के आई अरे मैं भोली सियां जान ऐसे विपत पर कोईया कछु ना समझे आ जान इस एक वर्ड आएगा लड़कियां ओदा मतलब होता है लड़की वर्गा oh. कुड़िया वर्गा ओके okay. सैया मिले लर कैया का करूँ सैया मिले लर कैया का करूँ सैया मिले लर कई मैं का करूँ सैया मिले लर कइया मैं का करूँ हाँ सैया मिले लर कैया मैं का करूँ सैया मिले लर कईया मैं का कर बारह बरस के मैं ब्याह के आई सैया बारह बरस की मैं ब्याह के आई अजी सैया पुकारे मैया मैया मैं का करूं 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 हाँ सैया मिले लर क्या बात है एक चीज जो मैं कर सकती थी लाइक दिस दिस एक्चुअली इन्हें सुन के यही बंद ਥੈਂਕ ਯੂ ਸੋ ਮਚੀ ਥੈਂਕ ਯੂ ਕਿੰਨਾ ਕੋਕਾ ਆ ਇੰਨੇ ਸਾਰੇ ਭਾਸ਼ਾਵਾਂ ਨੂੰ ਇੰਨੇ ਸਾਰੇ ਨਵੇਂ-ਨਵੇਂ ਜਿਹੜੂ ਆਪਾਂ ਕਹਿ ਸਕਦੇ ਕਿ ਲਫ਼ਜ਼ ਸਿੱਖਣੇ ਔਰ ਯਾਦ ਰੱਖਣੇ ਦੇਖੋ ਮੈਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਬਲਕਿ ਹਰ ਕਲਾਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਹਾਲਾਂਕਿ ਮੇਰੇ ਤੋਂ ਉੱਪਰ ਕਈ ਕਲਾਕਾਰ ਨੇ ਜਿਨ੍ਹਾਂ ਤੋਂ ਮੈਂ ਚੀਜ਼ ਸਿੱਖੀ ਹੈ ਕਿ ਜਸਟ ਇੱਕ ਸਟੇਟ ਦੇ ਸਿੰਗਰ ਹੋ ਕੇ ਨਹੀਂ ਰਹਿਣਾ ਚਾਹੀਦਾ ਜੇ ਸਾਡੇ ਕੋਲ ਸੁਰ ਹੈ ਜੇ ਸਾਨੂੰ ਸਮਝ ਹੈ ਗਿਆਨ ਹੈ ਔਰ ਅਸੀਂ ਸਿੱਖ ਸਕਦੇ ਹਾਂ ਅੱਜ ਕੱਲ YouTube ਤੇ Google ਤੇ ਤੁਸੀਂ ਹਰ ਲੈਂਗੁਏਜ ਤੁਸੀਂ ਉਹਦਾ ਲਿਰਿਕਸ ਕੱਢ ਸਕਦੇ ਹੋ ਗਾਣੇ ਦੀ ਫਿਰ ਕਿਸੇ ਨਾ ਕਿਸੇ ਸਟੇਟ ਦੇ ਤੁਸੀਂ ਕਿਸੇ ਬੰਦੇ ਨਾਲ ਰਾਫਤਾ ਕਾਇਮ ਕਰਕੇ ਤੁਸੀਂ ਉਹਨੂੰ ਸਮਝ ਸਕਦੇ ਹੋ ਮੈਨੂੰ ਸਭ ਤੋਂ ਵੱਡੀ ਚੀਜ਼ ਇਹ ਲੱਗਦੀ ਕਿ ਕਲਾਕਾਰ ਨੂੰ ਕਦੀ ਵੀ ਇੱਕ ਸਟੇਟ ਇੱਕ ਕਸਬਾ ਇੱਕ ਇਲਾਕੇ ਤੱਕ ਨਹੀਂ ਸੀਮਿਤ ਰਹਿਣਾ ਚਾਹੀਦਾ ਮੈਨੂੰ ਇੱਕ ਸ਼ੁਰੂ ਤੋਂ ਸ਼ੌਂਕ ਸੀ ਕਿ ਚੀਜ਼ਾਂ ਨੂੰ ਜਿਵੇਂ ਤੁਸੀਂ 2-4 ਵਾਰੀ ਪੜ੍ਹਦੇ ਹੋ ਯਾਦ ਹੋ ਜਾਂਦੀਆਂ ਨੇ ਸ਼ਾਇਦ ਇਸੇ ਕਾਰਨ ਮੈਨੂੰ ਮੈਂ ਬਹੁਤੀ ਪੜਾਈ ਚ ਹੁਸ਼ਿਆਰ ਨਹੀਂ ਸੀ ਪਰ ਐਮਏ ਕੀਤਾ ਤੇ ਟੌਪ ਹੋ ਗਿਆ ਸੱਡਨਲੀ ਅਚਾਨਕ ਇਹ ਅਚਾਨਕ ਪਤਾ ਨਹੀਂ ਸਾਡੇ ਨਾਲ ਕੀ ਨਹੀਂ ਹੁੰਦਾ ਸੋ ਯਾਦ ਆਪਣੇ ਆਪ ਮੈਨੂੰ ਹੋ ਜਾਂਦਾ ਹੈ ਪਰ ਮਾਤਮਾ ਨੇ ਸ਼ਾਇਦ ਉਹ ਯਾਦ ਬਖਸ਼ੀ ਹੋਈ ਹੈ ਔਰ ਬਾਕੀ ਕੀ ਹੈ ਕਿ ਸ਼ੌਂਕ ਵੀ ਅੰਦਰੋਂ ਹੋਣਾ ਚਾਹੀਦਾ ਕਿ ਨਹੀਂ ਹੁਣ ਅਗਲੀ ਆ ਲੈਂਗੁਏਜ ਸਿੱਖਣੀ ਹੈ ਹੁਣ ਮੇਰਾ ਲੇਟੈਸਟ ਜਿਹੜਾ ਸੀਗਾ ਕਿ ਮਰਾਠੀ ਮੈਂ ਬਹੁਤ ਘਟ ਗਿਆ ਔਰ ਮਰਾਠੀ ਔਰ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਜੋ ਲਿਖਿਆ ਮੈਨੂੰ ਲੱਗਦਾ ਹੈ ਕਿ ਮੈਂ ਪਹਿਲੀ ਹਿੰਦੁਸਤਾਨ ਮੈਨੂੰ ਪਰਮਾਤਮਾ ਨੇ ਉਹ ਸ਼ੋਹਰਤ ਬਖਸ਼ੀ ਹੈ ਕਿ ਮੈਂ ਪਹਿਲੀ ਕੁੜੀ ਹਾਂ ਜਿਨੇ ਉਹਨੂੰ ਪੰਜਾਬੀ ਚ ਔਰ ਹਿੰਦੀ ਚ ਟ੍ਰਾਂਸਲੇਟ ਕਰਕੇ ਮੈਂ ਉਹਨਾਂ ਨੂੰ ਗਾਇਆ ਸੋ ਮਿਨਿਸਟਰੀ ਆਫ ਕਲਚਰ ਵੱਲੋਂ ਇੱਕ ਪ੍ਰੋਜੈਕਟ ਸੀ ਗੁਰੂਦੇਵ ਨੂੰ ਗਾਣਾ ਉਹਨਾਂ ਦੀ ਪੋਇਟਰੀ ਨੂੰ ਗਾਣਾ ਕੋਈ ਆਸਾਨ ਚੀਜ਼ ਨਹੀਂ ਸੀ ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਛੋਟੇ ਛੋਟੇ ਵਾਸਤੇ ਵੀ ਪੰਜਾਬੀ ਆਪਾਂ ਪੰਗੇ ਤੇ ਲਾਈ ਦੇ ਰਹੇ ਹਾਂ ਪਰ ਇਹੋ ਜਿਹੇ ਪੰਗੇ ਸੁਰੀਲੇ ਪੰਗੇ ਔਰ ਸੋਹਣੇ ਪੰਗੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਵਧੀਆ ਲੱਗਿਓ ਬਹੁਤ ਘੱਟ ਹੀ ਹੁੰਦੇ ਨੇ ਅੱਛਾ ਲੱਗਦਾ ਹੈ ਕਿ ਆਪਨੇ ਸਟੇਟ ਤੋਂ ਬਾਹਰ ਉੱਠ ਕੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਇਹ ਹਰ ਕਲਾਕਾਰ ਨੂੰ ਚਾਹੀਦਾ ਕਰਨਾ ਚਾਹੀਦਾ ਬਿਲ ਪਹਿਲਾਂ ਬਹੁਤ ਹੁੰਦਾ ਸੀ ਹੁਣ ਤਾਂ ਨਹੀਂ ਹੁੰਦਾ ਇਸ ਲਈ ਮੈਂ ਕਹਿ ਸਕਦੀ ਹਾਂ ਕਿ ਇੱਕ ਵਾਰੀ ਲਾਸਟ ਸੁਣਾ ਦੂੰ ਕਿ ਸਾਨੂੰ ਹਾਂ ਗੁੱਸਾ ਤਾਂ ਆਪਣੇ ਆਪ ਸ਼ਾਂਤ ਹੋ ਗਿਆ ਕਿਉਂਕਿ ਜਦੋਂ ਐਨੇ ਲੱਖਾਂ ਦੀ ਪਬਲਿਕ 'ਚ ਗਾਉਂਦੇ ਹਾਂ ਉਹਨਾਂ ਦਾ ਪਿਆਰ ਮਿਲਦਾ ਤੇ ਹਾਂ ਕੀ ਵੀ ਮੈਂ ਹੁਣੇ ਗੁਆਲ ਕਰ ਰਹੀ ਹਾਂ ਕਿ ਗੁੱਸਾ ਨਾ ਕਰਿਓ ਤੁਸੀਂ ਜਿਹੜਾ ਤੁਸੀਂ ਕਿਹਾ ਤੁਸੀਂ ਟ੍ਰਾਂਸਲੇਟ ਕਰਕੇ ਅਸੀਂ ਪਹਿਲੀ ਵਾਰ ਹੈ ਉਹ ਆਪਾਂ ਸੁਣਨਾ ਚਾਹੀਏ ਓਕੇ ਤੇਰੀ ਆਵਾਜ਼ ਜੇ ਕੋਈ ਨਾ ਸੁਣੇ ਤਾਂ ਫਿਰ ਕੱਲਿਆਂ ਹੀ ਚੱਲ ਤੇਰੀ ਆਵਾਜ਼ ਜੇ ਕੋਈ ਨਾ ਸੁਣੇ ਤਾਂ ਫਿਰ ਕੱਲਿਆਂ ਹੀ ਚੱਲ ਕੱਲਿਆਂ ਹੀ ਚੱਲ ਤੂੰ ਕੱਲਿਆਂ ਹੀ ਕੱਲਿਆਂ ਹੀ ਚੱਲ ਤੇਰੀ ਆਵਾਜ਼ ਜੇ ਕੋਈ ਨਾ ਸੁਣੇ ਤਾਂ ਫਿਰ ਕੱਲਿਆਂ ਹੀ ਚੱਲ ਇਹ ਬੰਗਲਾ ਗਾਣਾ ਸੀ ਸੋ ਇਹਨੂੰ ਅਸੀਂ ਪੰਜਾਬੀ ਚ ਸੁਰਜੀਤ ਪਾਤਰ ਜੀ ਦੀ ਇੱਕ ਕਿਤਾਬ ਸੀ ਜਿਹਦੇ ਚੋਂ ਮੈਂ ਦੀ ਟ੍ਰਾਂਸਲੇਸ਼ਨ ਚ ਹੋ ਚੁੱਕੇ ਗੀਤ ਨੂੰ ਗਾਇਆ ਮਾਈ ਗਾਡ ਬਹੁਤ ਹਾਰਡ ਵਰਕ ਅਨਪਨ ਦੇ ਹਣਾ ਬੜਾ ਬਹੁਤ ਖੂਬਸੂਰਤ ਹੈ ਕਿ ਬਹੁਤ سارے سارے ਚੌਣ ਵਾਲੇ ਜਿਹੜੇ ਤੁਹਾਨੂੰ ਪਸੰਦ ਕਰਦੇ ਔਰ ਖਾਸ ਕਰਕੇ ਜਿਵੇਂ ਤੁਸੀਂ ਕਿਹਾ ਕਿ ਇੱਕ ਭਾਸ਼ਾ ਦੇ ਵਿੱਚ ਤੁਸੀਂ ਨਹੀਂ ਗਾਉਂਦੇ ਇਸ ਤਰ੍ਹਾਂ ਤੁਹਾਡੇ ਇੱਕ ਭਾਸ਼ਾ ਦੇ ਸੁਣਨ ਵਾਲੇ ਲੋਕ ਤੁਹਾਡੇ ਫੈਨਸ ਨਹੀਂ ਆ ਬਹੁਤ ساری ਭਾਸ਼ਾ ਦੇ ਨੇ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਆਉਣ ਦੇ ਲਈ ਤੁਸੀਂ ਇਕੱਲੇ ਨਹੀਂ ਚੱਲੋਗੇ ਕਿ ਤੁਹਾਡੇ ਸੁਣਨ ਵਾਲੇ ਬਹੁਤ ਨੇ ਇਹ ਗੱਲ ਮੈਂਸ਼ਨ ਕਰਨਾ ਚਾਹੀਦਾ ਬਹੁਤ ਬਹੁਤ ਫੜਾ ਤਨਵਾਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਅਗਲੀ ਵਾਰ ਫੇਰ ਮਿਲਾਂਗੇ ਕੁਝ ਖਾਸ ਅਪਡੇਟਸ ਦੇ ਨਾਲ ਤੇ ਇੱਕ ਨਵੇਂ ਮਹਿਮਾਨ ਦੇ ਨਾਲ ਤਦ ਤੱਕ ਤੁਸੀਂ ਆਪਣਾ ਫੀਡਬੈਕ ਸਾਨੂੰ ਜ਼ਰੂਰ ਲਿਖ ਭੇਜੋ ਕਿ ਆਖਿਰਕਾਰ ਤੁਸੀਂ ਹੋਰ ਕੀ ਵਧੀਆ ਤੇ ਇੱਕ ਨਵਾਂ ਵੇਖਣਾ ਚਾਹੁੰਦੇ ਹੋ ਆਪਣੇ ਇਸ ਫੇਵਰਿਟ ਪ੍ਰੋਗਰਾਮ ਪੰਜਾਬੀਜ਼ ਦੇ ਇਸ ਵੀਕ ਦੇ ਵਿੱਚ ਤਦ ਤੱਕ ਮੈਨੂੰ ਪ੍ਰਤਪਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ